ਅੱਜ ਸਾਡੇ ਨਾਲ ਰਸ਼ਪਾਲ ਸਿੰਘ ਜੀ ਨੇ। ਰਸ਼ਪਾਲ ਸਿੰਘ ਜੀ ਦਾ ਤਾਲੁਕ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਹੈ ਔਰ ਇਹ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸੈਕਟਰੀ ਨੇ ਔਰ ਇਹਨਾਂ ਦਾ ਤਾਲੁਕ ਇਸ ਸੰਯੁਕਤ SKM ਵਿੱਚ ਵੀ ਇਹਨਾਂ ਦਾ ਸੈਂਟਰਲ ਕਮੇਟੀ ਦੇ ਮੈਂਬਰ ਨੇ, ਇਹਦੇ ਰਿਪ੍ਰੈਜੈਂਟੇਟਿਵ ਨੇ ਕਿਰਤੀ ਕਿਸਾਨ ਯੂਨੀਅਨ ਦੇ ਉੱਥੇ SKM ਵਿੱਚ। ਅਤੇ ਇਹਨਾਂ ਦੀ ਜਿਹੜੀ ਸਟਰਗਲ ਹੈ ਉਹ ਇੱਕ ਸਾਲ ਤੋਂ ਵੱਧ ਚੱਲੀ ਹੈ, ਜਿਹੜਾ ਕਿ ਸੰਯੁਕਤ ਮੋਰਚੇ ਨੇ ਚਲਾਈ ਹੈ ਇੰਡੀਆ ਵਿੱਚ, ਜਿਹੜੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੇ ਉਹਨਾਂ ਦੇ ਖਿਲਾਫ, ਅਤੇ ਉਹ ਸਾਰੇ ਕਾਲੇ ਕਾਨੂੰਨ ਮੋਦੀ ਨੂੰ ਵਾਪਸ ਲੈਣੇ ਪਏ ਨੇ। ਇਹਨਾਂ ਦੀ ਸਟਰਗਲ ਜਿਹੜੀ ਹੈ ਉਹ 5 ਸਤੰਬਰ 2020 ਤੋਂ ਲੈ ਕੇ 26 ਨਵੰਬਰ 2021 ਤੱਕ ਚੱਲੀ ਹੈ। ਰਸ਼ਪਾਲ ਸਿੰਘ ਜੀ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ, ਤੁਸੀਂ ਸਾਡੇ ਸਾਨੂੰ ਜੁਆਇਨ ਕੀਤਾ ਅੱਜ। ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ ਜੀ। ਅਤੇ ਰਸ਼ਪਾਲ ਸਿੰਘ ਜੀ, ਮੈਨੂੰ ਦੱਸੋ ਕਿ ਕਿਸਾਨ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਕਿਸਾਨਾਂ ਨੂੰ ਪਿਛਲੇ ਸਾਲ ਮੋਦੀ ਹਕੂਮਤ ਦੇ ਖਿਲਾਫ਼ ਬਹੁਤ ਬੜੀ ਤਹਿਰੀਕ ਚਲਾਈ ਉਹਨਾਂ ਨੇ ਅਤੇ ਉਹਨਾਂ ਨੂੰ ਕਾਮਯਾਬੀ ਵੀ ਮਿਲੀ, ਅਤੇ ਜ਼ਾਹਿਰ ਗੱਲ ਹੈ ਕਿਸਾਨਾਂ ਨੇ ਉਹ ਤਹਿਰੀਕ ਚਲਾਈ ਆਪਣੇ ਹਾਲਾਤ ਬਿਹਤਰ ਬਣਾਉਣ ਵਾਸਤੇ। ਉਹ ਸੜਕਾਂ 'ਤੇ ਆਏ, ਉਹਨਾਂ ਨੇ ਸਟ੍ਰਾਈਕਾਂ ਕੀਤੀਆਂ, ਉਹਨਾਂ ਨੇ ਟਰੈਕਟਰ ਮਾਰਚ ਕੀਤੇ, ਹੋਰ ਕਈ ਕੁਛ ਹੋਇਆ ਵਿੱਚ। ਤੇ ਹੁਣ ਤੁਸੀਂ ਸਾਨੂੰ ਕੁਛ ਦੱਸੋਗੇ ਕਿ ਉਹਨਾਂ ਦੇ ਹਾਲਾਤ, ਹੁਣ ਕਿਸਾਨਾਂ ਦੇ ਹਾਲਾਤ ਕੀ ਨੇ ਉੱਥੇ ਇਸ ਸਟਰਗਲ ਦੀ ਕਾਮਯਾਬੀ ਤੋਂ ਬਾਅਦ? ਦੇਖੋ ਸਰ, ਜਿੱਥੋਂ ਤੱਕ ਕਿਸਾਨੀ ਦੇ ਹਾਲਾਤ ਦਾ ਸੰਬੰਧ ਆ, ਕਾਨੂੰਨ ਵਾਪਸ ਹੋ ਗਿਆ। ਕਾਨੂੰਨ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ, ਮੋਦੀ ਨੇ ਜਿਹੜੇ ਸਾਡੇ ਤੇ ਠੋਸੇ ਸੀ, ਉਹ ਵਾਪਸ ਹੋ ਗਏ। ਮੰਡੀ ਦਾ ਪ੍ਰਬੰਧ ਬਚਾ ਲਿਆ, ਅਸੀਂ ਮੰਡੀਆਂ ਬਚਾ ਲਈਆਂ, ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਪਰੰਤੂ ਕਿਸਾਨੀ ਦਾ ਜਿਹੜਾ ਸੰਕਟ ਆ ਉਹ ਅਜੇ ਹੱਲ ਨਹੀਂ ਹੋਇਆ। ਨੋ ਡਾਊਟ ਇਸ ਸਟਰਗਲ ਨੇ ਜਿਹੜੀ ਸੜਕ ਦੇ ਉੱਤੇ ਲੜੀ ਗਈ ਹੈ, GT ਰੋਡ ਕੁੰਡਲੀ ਬਾਰਡਰ ਸੀ ਉਹ ਹਰਿਆਣੇ ਦਾ, ਉੱਥੇ ਬੈਠ ਕੇ ਕਿਸਾਨਾਂ ਨੇ ਲੜੀ ਆ, ਉਹਨੇ ਬਹੁਤ ਵੱਡੀਆਂ ਮਤਲਬ ਪ੍ਰਾਪਤੀਆਂ ਉਹਦੀਆਂ। 1.5 ਸਾਲ ਦੇ ਵਿੱਚ ਮੋਦੀ ਸਰਕਾਰ ਕੋਈ ਫਿਰਕੂ ਏਜੰਡਾ ਨਹੀਂ ਉਭਾਰ ਸਕੀ। ਇੱਥੇ ਖਾਲਿਸਤਾਨੀ ਵੀ ਫੇਲ ਹੋਏ, ਮੋਦੀ ਹੋਰੀ ਵੀ ਫੇਲ ਹੋਏ, ਕਿਸਾਨੀ ਜਿਹੜੀ ਆ ਉੱਥੇ ਕਾਮਯਾਬ ਹੋਈ। ਕਿਸਾਨੀ ਆਪਣੀ ਸਟਰਗਲ ਲੈ ਕੇ ਜਿਹੜੀ ਉਹ ਗਈ ਆ, ਔਰ ਲੋਕਾਂ 'ਚ ਇਹ ਗੱਲ ਅਸਟੈਬਲਿਸ਼ ਹੋਈ ਵੀ ਪਾਰਲੀਮੈਂਟ ਵਿੱਚ ਨਹੀਂ ਹੈ, ਸੜਕਾਂ 'ਤੇ ਲੋਕਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ। ਪਾਰਲੀਮੈਂਟ ਨੇ ਤਾਂ ਕਾਨੂੰਨ ਬਣਾ ਤੇ, ਕਾਨੂੰਨ ਬਣਾ ਕੇ ਕਿਸਾਨੀ ਦੇ ਠੋਸ 'ਤੇ ਮਿੰਟਾਂ ਸਕਿੰਟਾਂ 'ਚ ਆਰਡੀਨੈਂਸ ਹੁੰਦਾ, ਮਿੰਟਾਂ ਸਕਿੰਟਾਂ 'ਚ ਕਾਨੂੰਨ ਬਣਦੇ ਆ, ਕਿਉਂਕਿ ਉਹਨਾਂ ਕੋਲ ਬਹੁਤ ਸੰਮਤੀ ਹੈ ਪਾਰਲੀਮੈਂਟ ਦੇ ਵਿੱਚ। ਪਰੰਤੂ ਕਿਸਾਨੀ ਨੇ 1.5 ਸਾਲ ਲੜ ਕੇ ਸੜਕ ਤੇ ਬੈਠ ਕੇ ਉਹ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਜਿਹੜੀ ਮੋਦੀ ਸਰਕਾਰ ਇਹ ਕਹਿੰਦੀ ਸੀ ਜਾਂ ਜਿਹਨੂੰ ਲੋਕ ਕਹਿੰਦੇ ਸੀ ਵੀ ਇਹ ਝੁਕਦੀ ਨਹੀਂ, ਸਾਨੂੰ ਵੀ ਲੋਕ ਇਹ ਕਹਿੰਦੇ ਸੀ ਤੁਸੀਂ ਆ ਜਾਓ, ਇਹਨੇ ਕਾਨੂੰਨ ਵਾਪਸ ਨਹੀਂ ਲੈਣੇ। ਪਰ ਅਸੀਂ ਦ੍ਰਿੜਤਾ ਨਾਲ ਬੈਠੇ ਰਹੇ, ਲੀਡਰਸ਼ਿਪ ਦ੍ਰਿੜਤਾ ਨਾਲ ਬੈਠੀ ਰਹੀ, ਜੋ ਵੀ ਉੱਥੇ ਮੁਸ਼ਕਲਾਂ ਆਈਆਂ, ਜੋ ਮੁਸ਼ਕਲਾਂ ਬਣੇ, ਜੋ ਹਾਲਾਤ ਬਣੇ, ਉਹਨਾਂ ਨੂੰ ਰੋਜ਼ ਦੀ ਰੋਜ਼ ਅਸੀਂ ਕਵਰ ਕਰਕੇ ਉਹਨਾਂ ਦਾ ਸਲੂਸ਼ਨ ਨਿਕਾਲ ਕੇ ਸ਼ਾਮ ਨੂੰ ਅੱਗੇ ਤੁਰਦੇ ਰਹੇ। ਅਤੇ ਉਹ ਸਟੈਪ ਬਾਏ ਸਟੈਪ ਬਾਏ ਸਟੈਪ ਉਹ ਸੀ ਜਿਹੜੀ ਮੂਵਮੈਂਟ ਕਾਮਯਾਬ ਹੋਏ। ਮੋਦੀ ਨੂੰ ਬਗੈਰ ਸ਼ਰਤ ਤੋਂ ਜਿਹੜੇ ਕਾਨੂੰਨ ਆ ਵਾਪਸ ਲੈਣੇ ਪਏ, ਇਸ ਘੋਲ ਦੀਆਂ ਬੜੀਆਂ ਇਹ ਵੱਡੀਆਂ ਪ੍ਰਾਪਤੀਆਂ। ਆਪ ਜਾਣ ਤੁਹਾਨੂੰ ਪਤਾ ਹੋਣਾ ਵੀ ਹਿੰਦੁਸਤਾਨ ਦੇ ਵਿੱਚ ਖੱਬੇ ਪੱਖੀ ਹੁੰਝੇ ਗਏ, ਉਹ ਵੀ ਇਸ ਗੱਲ ਨੂੰ ਮੰਨ ਰਹੇ ਹੈ, ਭਾਵੇਂ ਚੋਣਾਂ 'ਚ ਉਹਨਾਂ ਨੇ ਆਪਣਾ ਸਭ ਕੁਝ ਬਰਬਾਦ ਕਰ ਲਿਆ, ਪਾਰਲੀਮੈਂਟ 'ਚ ਆਪਣਾ ਸਭ ਕੁਝ ਬਰਬਾਦ ਕਰ ਲਿਆ। ਬਰਿੰਦਾ ਕਾਰਤ ਨੂੰ ਇਹ ਮੰਨਣਾ ਪਿਆ ਵੀ ਚੋਣਾਂ ਨਹੀਂ, ਸੜਕਾਂ 'ਤੇ ਖਲੋ ਕੇ ਸਾਡਾ ਫੈਸਲਾ ਹੋਏਗਾ, ਔਰ ਸੜਕਾਂ 'ਤੇ ਖਲੋ ਕੇ ਫਿਰਕੂ ਏਜੰਡੇ ਨੂੰ ਰੋਕਿਆ ਜਾ ਸਕਦਾ, ਜ਼ੁਲਮ ਨੂੰ ਰੋਕਿਆ ਜਾ ਸਕਦਾ, ਔਰ ਅਸੀਂ ਸੜਕਾਂ ਨੂੰ ਮਨਜ਼ੂਰ ਕਰਾਂਗੇ। ਇਹ ਉਸ ਸਾਡੇ ਘੋਲ ਦੀ ਪ੍ਰਾਪਤੀ ਹੈ। ਇਸ ਕਰਕੇ ਅਸੀਂ ਅੱਜ ਵੀ ਪੰਜਾਬ ਦੇ ਵਿੱਚ ਲੱਗੇ ਹੋਏ ਹਾਂ। ਨੋ ਡਾਊਟ ਕਿਸਾਨੀ ਦਾ ਸੰਕਟ ਅਜੇ ਦੂਰ ਨਹੀਂ ਹੋਇਆ, ਉਹ ਬਹੁਤ ਡੂੰਘਾ। ਅੱਜ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ, ਅੱਜ ਵੀ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ। ਅਸੀਂ ਇਸ ਕਿਸਾਨੀ ਦੇ ਜਿਹੜਾ ਇਹ ਮਾਡਲ ਹੈ ਇਹਨੂੰ ਸੰਬੋਧਿਤ ਹੋਣ ਜਾ ਰਹੇ ਹਾਂ। ਕੱਲ੍ਹ ਵੀ ਸਾਡੀ ਮੀਟਿੰਗ ਸੀਗੀ, ਬੀਤੇ ਕੱਲ੍ਹ, ਵੀ ਇਸ ਮਾਡਲ ਨੂੰ ਜਿਹੜਾ ਹਰੇ ਇਨਕਲਾਬ ਦਾ ਮਾਡਲ ਆ ਇਹਨੂੰ ਕਿਵੇਂ ਬਦਲ ਕੇ ਕਿਸਾਨੀ ਦਾ ਪੁੱਜਣ ਯੋਗ ਪੁੱਗਣ ਯੋਗ ਮਾਡਲ ਜਿਹੜਾ ਉਹ ਲਿਆਂਦਾ ਜਾਵੇ,
ਤਾਂ ਕਿ ਕਿਸਾਨੀ ਦੀ ਹਾਲਤ ਜਿਹੜੀ ਬਿਹਤਰ ਹੋਵੇਗੀ। ਇਹ ਸਰਕਾਰ ਨੇ ਕਿਸਾਨੀ ਦੀ ਹਾਲਤ ਬਿਹਤਰ ਨਹੀਂ ਕਰਨੀ ਹੈ, ਉਹਨੂੰ ਕਿਸਾਨੀ ਨੂੰ ਆਪਣੀ ਹਾਲਤ ਆਪ ਬਿਹਤਰ ਕਰਨੀ ਪੈਣੀ ਆ, ਉਹਨੂੰ ਲੜਨਾ ਪੈਣਾ ਔਰ ਇਹ ਸੰਘਰਸ਼ ਸੜਕਾਂ ਤੇ ਹੋਣਾ। ਤੁਹਾਨੂੰ ਪਤਾ ਹੀ ਹੈ ਰਾਜੇਵਾਲ ਦਾ ਕੀ ਹਾਲ ਹੋਇਆ, ਰੁਲ ਗਏ, ਕਿਉਂਕਿ ਕਿਸਾਨਾਂ ਨੇ ਘੋਲ ਲੜਿਆ, ਸੜਕ ਤੇ ਬਹਿ ਕੇ ਲੜਿਆ, ਵੋਟਾਂ ਨਹੀਂ ਪਾਈਆਂ, ਉਹਨਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ। ਕਿਸਾਨਾਂ ਦਾ ਵਿਸ਼ਵਾਸ ਲੜਨ ਚ ਵੋਟਾਂ ਪਾਉਣ ਚ ਨਹੀਂ। 70-75 ਸਾਲ ਹੋ ਗਏ ਆ ਲੜਦਿਆਂ ਲੋਕਾਂ ਨੂੰ ਚੋਣਾਂ, ਕੁਛ ਨਹੀਂ ਨਿਕਲਿਆ, ਕਰਜ਼ਾ ਨਿਕਲਿਆ, ਖੁਦਕਸ਼ੀਆਂ ਨਿਕਲੀਆਂ, ਲੋਕਾਂ ਦੀ ਬਰਬਾਦੀ ਨਿਕਲੀ ਹੈ, ਭੁੱਖਮਾਰੀ ਨਿਕਲੀ ਹੈ। ਤੁਸੀਂ ਹੈਰਾਨ ਹੋਵੋਗੇ, ਅੱਜ 5-6 ਤਰਾਸਦੀਆਂ ਇਕੱਠੀਆਂ ਘੁੰਮਣ ਡਈਆਂ। ਮਹਿੰਗਾਈ ਆ, ਬੇਰੁਜ਼ਗਾਰੀ ਆ, ਅਕਾਲ ਹੈ, ਭੁੱਖਮਰੀ ਆ, ਜੰਗ ਹੈ, ਤਰਾਸਦੀ ਆ, ਵਾਤਾਵਰਨ ਦੀ ਤਬਾਹੀ ਆ। ਇਹ ਕਦੀ ਕਦੀ ਹੁੰਦਾ, ਨਹੀਂ ਤਾਂ ਕਦੀ ਜੰਗ ਲੱਗ ਜਾਣੀ, ਕਦੀ ਵਾਤਾਵਰਨ ਦੀ ਤਬਾਹੀ ਹੋਣੀ, ਕਦੀ ਅਕਾਲ। ਇਹ 5-6 ਤਰਾਸਦੀਆਂ ਜਿਹੜੀਆਂ ਇਕੱਠੀਆਂ ਲੋਕਾਂ ਨੂੰ, ਦੁਨੀਆਂ ਦੇ ਲੋਕਾਂ ਨੂੰ ਪੇਸ਼ ਹੈ, ਤੇ ਜੇ ਲੋਕ ਇਹਨਾਂ ਦੇ ਖਿਲਾਫ ਨਹੀਂ ਲੜਦੇ ਤੇ ਬਰਬਾਦ ਹੋ ਜਾਣਗੇ। ਇਸ ਕਰਕੇ ਲੋਕਾਂ ਨੂੰ ਇਹਨਾਂ ਦੇ ਖਿਲਾਫ ਉੱਠਣਾ ਹੀ ਪੈਣਾ, ਲੜਨਾ ਹੀ ਪੈਣਾ, ਇਹਦਾ ਕੋਈ ਪਤਾ ਨਹੀਂ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਜਿਹੜੀ ਡਿਮਾਂਡ ਜਿਹੜੀਆਂ ਨੇ ਉਹ ਜਦੋਂ ਜਿਹੇ ਨਾਲ ਲੜਾਈ ਦੇ ਨਾਲ ਹੀ ਹਾਸਲ ਕੀਤੀਆਂ ਜਾ ਸਕਦੀਆਂ ਨੇ। ਮੈਨੂੰ ਇਹ ਦੱਸੋ ਕਿ ਖ਼ਬਰਾਂ ਕਾਫ਼ੀ ਆ ਰਹੀਆਂ ਨੇ ਕਿ ਜਿਹੜੀ ਮੋਦੀ ਨੇ, ਕਿਉਂਕਿ ਮੇਨ ਸਟ੍ਰੀਮ ਮੀਡੀਆ 'ਤੇ ਆ ਰਹੀਆਂ ਨੇ ਕਿ ਮੋਦੀ ਨੇ ਕਾਨੂੰਨ ਵਾਪਸ ਲੈ ਲਏ ਨੇ ਅਤੇ ਹੁਣ ਕਿਸਾਨਾਂ ਦੇ ਹਾਲਾਤ ਬਿਹਤਰ ਹੋ ਜਾਣਗੇ, ਅਤੇ ਲੇਕਿਨ ਹੁਣ ਦੇਖ ਰਹੇ ਹਾਂ ਅਸੀਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੁਣ ਫਿਰ ਇਹਤਜਾਜ ਕਰ ਰਿਹਾ, ਫਿਰ ਸਟ੍ਰਾਈਕ 'ਤੇ ਵਾਲੇ ਪਾਸੇ ਜਾ ਰਿਹਾ, ਅਤੇ ਉਹਦੀ ਕੀ ਵਜ੍ਹਾ ਹੈ, ਹੁਣ ਕੀ ਡਿਮਾਂਡਸ ਨੇ ਅੱਗੇ ਜਿਹੜੀਆਂ ਨੇ? ਮਤਲਬ ਲੜਾਈ ਜਿਹੜੀ ਸੀ ਜੀ ਹੋਣ ਵਾਲੀ, ਉਹ ਸਿਰਫ ਕਾਨੂੰਨਾਂ 'ਤੇ ਲੜਾਈ ਅੱਗੇ ਵੀ ਚੱਲ ਰਹੀ ਸੀ। ਮੋਦੀ ਦੀਆਂ ਨੀਤੀਆਂ ਦੇ ਖਿਲਾਫ਼, ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ਼, ਪੰਜਾਬ ਸਰਕਾਰ ਦੀ ਨੀਤੀ ਦੇ ਖਿਲਾਫ਼, ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼, ਜਿਹੜੀਆਂ ਲੋਕ ਵਿਰੋਧੀ ਆ, ਕਿਸਾਨ ਵਿਰੋਧੀ ਆ, ਮਜ਼ਦੂਰ ਵਿਰੋਧੀ, ਉਹਦੀ ਲੜਾਈ ਅੱਗੇ ਵੀ ਚੱਲਦੀ। ਇਹ ਇੱਕ ਪੜਾਅ ਆਇਆ ਕਾਨੂੰਨਾਂ ਦਾ, ਜਿਹੜੇ ਕਾਲੇ ਕਾਨੂੰਨ ਬਣਾਇਆ ਨੇ ਆ, ਇਹ ਮੋਦੀ ਨੇ ਇੱਕਦਮ ਕਾਰਪੋਰੇਟਾਂ ਨੂੰ ਜ਼ਮੀਨ ਮੰਡੀ ਦਾ ਪ੍ਰਬੰਧ ਦੇਣ ਲਈ ਲਿਆਂਦੇ ਔਰ ਲੋਕਾਂ 'ਚ ਇੱਕਦਮ ਇਹਦਾ ਅਸਰ ਹੋਇਆ। ਉਹ ਸੰਯੁਕਤ ਮੋਰਚਾ ਵੀ ਬਣਿਆ ਭਾਰਤ ਪੱਧਰ 'ਤੇ, ਸੂਬੇ ਪੱਧਰ 'ਤੇ ਜਥੇਬੰਦੀਆਂ ਵੀ ਬਣੀਆਂ ਔਰ ਉਹ ਇਹਦੇ ਖਿਲਾਫ਼ ਡਟ ਕੇ ਲੜੀਆਂ। ਹੁਣ ਜਿਹੜੇ ਹਾਲਾਤ ਆ, ਉਹ ਹੁਣ ਹਾਲਾਤ ਇਹ ਆ ਵੀ SKM ਪੰਜਾਬ ਦੀਆਂ ਜਥੇਬੰਦੀਆਂ ਸਾਰੇ ਰਲ ਕੇ ਫਿਰ ਇੱਕ ਤਿਆਰੀ ਕਰ ਰਿਹਾ ਵੀ ਇਸ ਘੋਲ ਨੂੰ ਫਿਰ ਵਿੱਢਿਆ ਜਾਵੇ, ਕਿਉਂਕਿ ਸਾਨੂੰ ਕੋਈ ਆ ਜਿਹੜੀ ਅੱਜ ਆਪ ਆਈ ਹੈ, ਸਾਨੂੰ ਇੱਥੇ ਕੋਈ ਬਹੁਤੀ ਆਸ ਨਹੀਂ, ਕਿਉਂਕਿ ਹਾਕਮ ਜਮਾਤਾਂ ਦੀ ਇੱਕ ਪਾਰਟੀ ਹੈ ਵੀ ਕੋਈ ਦੇ, ਮਤਲਬ ਦੇ ਆਰ ਨਾਟ ਪ੍ਰੋਲੇਤਾਰੀ, ਠੀਕ ਨੀ, ਇਹ ਵੀ ਇੱਕ ਹਾਕਮ ਜਮਾਤਾਂ ਦੀ ਪਾਰਟੀ, ਮੈਂ ਤਾਂ ਕਹਿੰਦਾ ਵਿਚਾਰਧਾਰਾ ਤੋਂ ਸੱਖਣੀ ਪਾਰਟੀ ਆ, ਜਿਹਦੀ ਕੋਈ ਵਿਚਾਰਧਾਰਾ ਹੀ ਨਹੀਂ। ਇਸ ਕਰਕੇ ਬਹੁਤੀ ਇਹਨਾਂ ਤੋਂ ਆਸ ਨਹੀਂ ਹੈ, ਲੋਕਾਂ ਨੂੰ ਰੱਖਣੀ ਨਹੀਂ ਚਾਹੀਦੀ, ਲੋਕਾਂ ਨੂੰ ਆਪਣੇ ਸੰਘਰਸ਼ 'ਤੇ ਆਸ ਹੈ ਔਰ ਰੱਖ ਰਹੇ ਆ ਪੰਜਾਬ ਦੇ ਕਿਸਾਨ, ਕਿਉਂਕਿ ਉਹਨਾਂ ਨੂੰ ਇੱਕ ਮਾਡਲ ਸਿਰਜਿਆ ਗਿਆ ਉਹਨਾਂ ਦੇ ਅੱਗੇ ਵੀ ਆਹ ਮਾਡਲ ਆ, ਲੜ ਕੇ ਕੁਛ ਪ੍ਰਾਪਤ ਕੀਤਾ ਜਾ ਸਕਦਾ। ਇਸ ਲਈ ਮੰਗਾਂ ਸਾਡੀਆਂ ਉਦਾਂ ਦੀਆਂ ਉਦਾਂ ਖੜੀਆਂ, ਅਜੇ ਕਿਸਾਨੀ ਨੂੰ ਜਾਲ ਚੋਂ ਕੱਢਣਾ, ਮਹਿੰਗਾਈ ਲੋਕਾਂ ਦੇ ਸਾਹਮਣੇ ਦੰਦਰ ਆ ਰਹੀ ਹੈ, ਬੇਰੁਜ਼ਗਾਰੀ ਦੰਦਰ ਆ ਰਹੀ ਹੈ, ਬਿਮਾਰੀ ਦੰਦਰ ਆ ਰਹੀ ਹੈ, ਮਹਾਂਮਾਰੀ, ਜੰਗ ਜਿਹੜੀ ਆ ਤੁਹਾਡੇ ਸਾਹਮਣੇ ਦੁਨੀਆਂ 'ਚ ਦੰਦ ਆਉਂਦੀ ਫਿਰ ਰਹੀ ਆ। ਇਸ ਕਰਕੇ ਇਹਨਾਂ ਦੇ ਖਿਲਾਫ ਅਸੀਂ ਲੜਨਾ ਹੈ ਔਰ ਲੜਾਈ ਮੁੱਕੀ ਨਹੀਂ, ਲੜਾਈ ਜਾਰੀ ਔਰ ਜਾਰੀ ਰਹੇਗੀ ਜਿੰਨਾ ਚਿਰ ਲੋਕਾਂ ਦੇ ਹਾਲਾਤ ਬਿਹਤਰ ਨਹੀਂ ਹੋ ਸਕਦੇ। ਕੀ ਰੂਪ ਲੈਂਦੀ ਆ ਉਹ ਇੱਕ ਵੱਖਰੀ ਗੱਲ, ਇਸ ਲੜਾਈ ਦੇ ਕਿਹੜੇ ਕਿਹੜੇ ਰੂਪ ਹੋਣੇ ਆ ਉਹ ਇੱਕ ਬਿਲਕੁਲ ਵੱਖਰੀ ਗੱਲ, ਪਰ ਉਹ ਲੜਾਈ ਜਾਰੀ ਰਹਿਣੀ, ਤਾਂ ਹੀ ਸਾਡਾ ਬਚਾਅ ਹੈ। ਇਹਨਾਂ ਦੁਨੀਆਂ ਦੇ ਲੋਕਾਂ ਨੂੰ ਰੂਸ ਦਾ ਜਿਹੜਾ ਧੰਨਵਾਦੀ ਹੋਣਾ ਚਾਹੀਦਾ, ਕਿਉਂ ਧੰਨਵਾਦੀ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਦੁਨੀਆਂ ਦੇ ਵਿੱਚ ਇੱਕ ਮਾਡਲ ਸੈੱਟ ਕੀਤਾ ਮਜ਼ਦੂਰਾਂ ਦੀ ਭਲਾਈ ਦਾ, ਜੰਗਾਂ ਲੱਗੀਆਂ ਪਰ ਉੱਥੇ ਮਜ਼ਦੂਰਾਂ ਦੀ ਦਿਹਾੜੀ ਨਹੀਂ ਕੱਟੀ, ਉੱਥੇ ਕੋਈ ਇਨਫਲੇਸ਼ਨ ਨਹੀਂ ਆਈ, ਔਰ ਸਾਮਰਾਜੀਆਂ ਨੂੰ, ਸਰਮਾਏਦਾਰਾਂ ਨੂੰ ਆਪਣੇ ਵੈਲਫੇਅਰ ਸਟੇਟ ਦਾ ਮਾਡਲ ਲੈ ਕੇ ਆਉਣਾ ਪਿਆ। ਇਸ ਲਈ ਅੱਜ ਵੀ ਸਾਨੂੰ ਜਿਹੜਾ ਉਹ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਇਕੱਠੇ ਕਰਕੇ
ਇਹਦੇ ਖਿਲਾਫ ਇਹਨਾਂ ਨੀਤੀਆਂ ਦੇ ਖਿਲਾਫ ਸਾਨੂੰ ਲੜਨਾ ਪਏਗਾ। ਸਰਕਾਰਾਂ ਝੁਕੀਆਂ ਨਹੀਂ ਹੈ, ਉਹਨਾਂ ਨੂੰ ਝੁਕਾਉਣਾ ਪਏਗਾ। ਬਿਲਕੁਲ ਸਹੀ ਰਸ਼ਪਾਲ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਜੰਗ ਦੀ, ਜਿਹੜੀ ਅੱਜ ਕੱਲ੍ਹ ਜੰਗ ਚੱਲ ਰਹੀ ਹੈ ਉੱਥੇ ਯੂਕਰੇਨ ਦੀ, ਉਹਦੀ ਵਜ੍ਹਾ ਤੋਂ ਇਹ ਖ਼ਬਰਾਂ ਆ ਰਹੀਆਂ ਨੇ ਕਿ ਮੰਡੀ 'ਚ ਜਿਹੜੇ ਰੇਟ ਨੇ ਕਾਫ਼ੀ ਜ਼ਿਆਦਾ ਵੱਧ ਗਏ ਨੇ, ਖਾਣ ਦੀ ਅਸ਼ਿਆ ਦੇ, ਸਬਜ਼ੀਆਂ ਦੇ, ਫਰੂਟਾਂ ਦੇ ਰੇਟ ਬਹੁਤ ਵੱਧ ਗਏ ਨੇ, ਗੰਦਮ ਦੇ ਰੇਟ ਵੱਧ ਗਏ ਨੇ, ਚੌਲਾਂ ਦੇ ਰੇਟ ਵੱਧ ਗਏ ਨੇ, ਅਤੇ ਤੁਸੀਂ ਦੱਸੋਗੇ ਇਹ ਇਹਦੀ ਵਜ੍ਹਾ ਤੋਂ, ਇਸ ਸਾਰੇ ਰੇਟ ਵਧਣ ਦੀ ਵਜ੍ਹਾ ਤੋਂ ਕੋਈ ਕਿਸਾਨਾਂ ਨੂੰ ਫਾਇਦਾ ਹੋ ਰਿਹਾ? ਨਹੀਂ, ਇਹ ਰੇਟ ਵਧਣ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਇਹਦਾ ਕੋਈ ਕਾਰਪੋਰੇਟਾਂ ਨੂੰ ਕੋਈ ਫਾਇਦਾ ਹੋ ਰਿਹਾ ਤੇ ਉਹ ਵੱਖਰੀ ਗੱਲ, ਕਿਉਂਕਿ ਕਿਸਾਨਾਂ ਦੀ ਫਸਲ ਜਿਹੜੀ ਮੰਡੀ ਚ, ਮੰਨ ਲਓ ਗੇਹੂੰ ਕਣਕ ਮੰਡੀ ਚ ਆਈ, ਵੀਟ ਨਾਲ ਦੀ ਨਾਲ ਮੰਡੀ ਚ ਵੇਚੀ ਸਰਕਾਰ ਦੇ ਗੋਦਾਮਾਂ ਚ, ਸਰਕਾਰ ਵੇਚ ਕੇ ਤੇ ਉਹ ਤੋਂ ਕੋਈ ਫਾਇਦਾ ਲੈ ਸਕਦੀ ਹੈ? ਕਿਸਾਨ ਨੂੰ ਤੇ ਉਹ 2000 ਰੁਪਇਆ ਮਿਲਿਆ, 2015 ਰੁਪਇਆ। ਕਿਸਾਨਾਂ ਨੂੰ ਇਹਦਾ, ਮਜ਼ਦੂਰਾਂ ਨੂੰ ਕੋਈ ਫਾਇਦਾ, ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਸਰਕਾਰ ਇਹਨੂੰ ਵੇਚ ਕੇ ਫਾਇਦਾ ਲੈ ਸਕਦੀ ਹੈ। ਕਿਸਾਨਾਂ ਨੂੰ ਤੇ ਮਹਿੰਗਾਈ ਦਾ ਟਾਕਰਾ ਕਰਨਾ ਪੈਗਾ। 100 ਰੁਪਏ ਲੀਟਰ ਤੇਲ ਹੈ, ਪੈਟਰੋਲ, ਟਰੈਕਟਰ, ਡੀਜ਼ਲ ਕੱਲ੍ਹ ਨਾ ਚੱਲਣਗੇ ਟਰੈਕਟਰ। ਇੱਕ ਮੁਸ਼ਕਲ ਖੜੀ, ਅਸੀਂ ਮੰਗ ਕਰ ਰਹੇ ਹਾਂ ਵੀ ਕਿਸਾਨਾਂ ਨੂੰ ਜਿਹੜਾ ਡੀਜ਼ਲ ਆ, ਜਿਵੇਂ ਕਨੇਡਾ ਚ ਦਿੰਦੇ ਆ ਸਬਸਿਡੀ ਤੇ, ਕਿਸਾਨਾਂ ਨੂੰ ਦਿੱਤਾ ਜਾਵੇ। ਵੀ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਵੀ ਜਿੰਨਾ ਵੀ ਲੋਕਾਂ ਨੂੰ ਲੁੱਟਿਆ ਜਾ ਸਕਦਾ ਉਹਨਾਂ ਨੂੰ ਲੁੱਟ, ਸ਼ਾਇਦ ਇਹ ਮੁੜ ਕੇ ਲੁੱਟ ਨਾ, ਅਤੇ ਉਹ ਲੋਕਾਂ ਨੂੰ ਇਹ ਲੁੱਟ ਵੀ ਮਜਬੂਰ ਕਰ ਰਹੀ ਹੈ ਲੜਨ ਦੇ ਲਈ, ਸੋਚਣ ਦੇ ਲਈ ਵੀ ਅਸੀਂ ਕੀ ਕਰੀਏ, ਕਿਉਂਕਿ ਲੋਕਾਂ ਕੋਲ ਕੋਈ ਬਦਲ ਨਹੀਂ ਬਚੇ, ਬਹੁਤ ਘੱਟ ਬਦਲ ਬਚੇ ਆ। ਜਿਹੜਾ ਬੰਦਾ ਬੇਰੁਜ਼ਗਾਰੀ 'ਚ ਭੱਠੀ 'ਚ ਤਾਪ ਗਿਆ, ਤਾਪ ਰਿਹਾ, ਉਹ ਬੱਚਿਆਂ ਨੂੰ ਰਾਤ ਨੂੰ ਖਵਾਏਗਾ ਕਿੱਥੋਂ? ਬਿਲਕੁਲ ਠੀਕ, ਬਿਲਕੁਲ ਠੀਕ। ਇਸ ਕਰਕੇ ਉਹਦੇ ਕੋਲ ਕੋਈ ਬਦਲ ਨਹੀਂ, ਲੋਕਾਂ ਕੋਲ ਲੜਨ ਤੋਂ ਸਿਵਾ ਕੋਈ ਬਦਲ ਨਹੀਂ। ਅੱਛਾ, ਲੜਨ ਦੀ ਗੱਲ ਤੋਂ ਦੇ ਹਵਾਲੇ ਨਾਲ ਇੱਕ ਸਵਾਲ ਹੈਗਾ ਕਿ ਪਿਛਲੇ ਮਹੀਨੇ ਆਲ ਇੰਡੀਆ ਲੈਵਲ ਤੇ 2 ਦਿਨ ਦਾ ਭਾਰਤ ਬੰਦ ਹੋਇਆ ਸੀ, ਹਾਂਜੀ, ਇਹਨੂੰ ਤੁਸੀਂ ਕਿਸਾਨ ਦੇਖਦੇ ਹੋ, ਤੇ ਆਹ ਦੱਸੋ ਕਿ ਕਿਸਾਨਾਂ ਨੇ ਇਹਦੇ 'ਚ ਹਿੱਸਾ ਲਿਆ ਸੀ? ਹਾਂਜੀ, ਇਹ ਜਿਹੜਾ 2 ਦਿਨ ਦਾ ਬੰਦ ਸੀ, ਉਹਦੀ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ, ਪੰਜਾਬ ਦੀਆਂ 32 ਜਥੇਬੰਦੀਆਂ ਨੇ ਹਮਾਇਤ ਕੀਤੀ ਸੀ। ਕੋਈ ਵੀ ਧਿਰ ਲੜਦੀ ਆ ਸਰਕਾਰ ਦੇ ਖਿਲਾਫ, ਸਿਸਟਮ ਦੇ ਖਿਲਾਫ, ਅਸੀਂ ਉਹਦੇ ਉਹਦੀ ਹਮਾਇਤ ਕਰਦੇ ਹਾਂ। ਇਹ ਕੁਝ ਜਿਹੜਾ ਅਸੀਂ ਜਦੋਂ ਘੋਲ ਲੜ ਰਹੇ ਸੀ ਦਿੱਲੀ, ਉਦੋਂ ਵੀ ਕਰਦੇ ਰਹੇ। ਕੋਈ ਵੀ ਕਾਲ ਮਜ਼ਦੂਰ ਜਥੇਬੰਦੀਆਂ ਦੀ ਆਉਂਦੀ ਰਹੀ ਹੈ ਭਾਰਤ ਪੱਧਰ 'ਤੇ, ਅਸੀਂ ਵੱਡੀ ਪੱਧਰ 'ਤੇ ਉਹਦੀ ਸਪੋਰਟ ਕਰਦੇ ਰਹੇ। ਅੱਜ ਵੀ ਉਹਦੀ ਜਿਹੜੇ ਉਹ ਹੋਇਆ ਪਿੱਛੇ ਭਾਰਤ ਬੰਦ ਦੋ ਦਿਨ ਦਾ, ਉਹਦੀ ਅਸੀਂ ਵੱਡੀ ਪੱਧਰ ਸਪੋਰਟ ਕੀਤੀ ਹੈ। ਕਿਸਾਨ ਉਹਨਾਂ ਦੇ ਧਰਨਿਆਂ ਵਿਚਾਰੇ ਸ਼ਾਮਿਲ ਹੋਏ ਆ, ਔਰ ਬੋਲ ਕੇ ਵੀ ਆਏ। ਮੈਂ ਖੁਦ ਵੀ ਧਰਨਿਆਂ ਉਹਨਾਂ 'ਚ ਸ਼ਾਮਿਲ ਹੁੰਦਾ ਰਿਹਾ, ਮੈਂ ਬੋਲ ਕੇ ਆਉਂਦਾ ਰਿਹਾ। ਇਸ ਲਈ ਸਾਡੀ ਤੇ ਜੱਕ ਜਾਤੀ ਇਹਨਾਂ ਨਾਲ, ਜਿਹੜੇ ਲੋਕ ਲੜਦੇ ਆ ਕਿਸਾਨ ਉਹਨਾਂ ਦੇ ਨਾਲ ਆ। ਅਸੀਂ ਸਰਕਾਰ ਦੇ ਨਾਲ ਥੋੜ੍ਹੇ ਜਾਵਾਂਗੇ, ਲੋਕਾਂ ਦੇ, ਜਿਹੜੇ ਲੜਨ ਵਾਲੇ ਲੋਕਾਂ ਦੇ ਨਾਲ ਜਾਵਾਂਗੇ। ਔਰ ਇਹ ਇੱਕ ਚੰਗਾ ਸ਼ਗਨ ਆ ਵੀ ਜਿਹੜੀਆਂ ਵੱਡੀਆਂ ਟਰੇਡ ਯੂਨੀਅਨ ਆ, ਉਹ ਵੀ ਹੌਲੀ ਹੌਲੀ ਘੋਲ ਦੇ ਰੂਪ ਦੇ ਵਿੱਚ, ਘੋਲਾਂ ਦੇ ਵਿੱਚ ਆ ਰਹੀਆਂ, ਔਰ ਆਪਣੀ ਸੁਸਤੀ ਛੱਡ ਰਹੀਆਂ, ਔਰ ਇਹ ਵਧੀਆ ਗੱਲ ਹੈ। ਔਰ ਇਹ ਜਿੰਨੀ ਛੇਤੀ ਇਹ, ਕਿਉਂਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜੀ ਅੱਜ ਵੀ ਟਰੇਡ ਯੂਨੀਅਨ ਲਹਿਰ ਆ, ਬੜੇ ਚੰਗੇ ਰੂਪ ਦੇ ਵਿੱਚ ਜਥੇਬੰਦ, ਜੇ ਉਹ ਕੁਛ ਕਰਨਾ ਚਾਹੁਣ ਤੇ ਕਰ ਸਕਦੇ। ਕਿਸਾਨ ਘੋਲ 'ਚ ਵੀ ਅਸੀਂ ਵੇਖਿਆ ਹਿੰਦੁਸਤਾਨ ਦੇ ਲੋਕਾਂ ਨੇ, ਦੁਨੀਆਂ ਦੇ ਲੋਕਾਂ ਨੇ ਸਾਡੇ ਉਹ ਘੋਲ ਦੀ ਸਪੋਰਟ ਕੀਤੀ ਹੈ, ਪੈਸੇ ਪੱਖੋਂ, ਪਦਾਰਥਕ ਰੂਪ ਦੇ ਵਿੱਚ, ਆਦਮੀਆਂ ਪੱਖੋਂ। ਸਾਡੀ ਕਾਲ ਜਿਹੜੀ ਉਹ ਸਮੁੱਚੇ ਹਿੰਦੁਸਤਾਨ 'ਚ ਲਾਗੂ ਹੁੰਦੀ ਰਹੀ ਹੈ, ਔਰ ਵਰਲਡ 'ਚ ਲਾਗੂ ਹੁੰਦੀ ਰਹੀ ਹੈ, ਜਿੱਥੇ ਜਿੱਥੇ ਪੰਜਾਬੀ ਬੈਠੇ ਆ, ਖਾਸ ਕਰ ਕੈਨੇਡਾ 'ਚ, UK 'ਚ, ਅਮਰੀਕਾ 'ਚ, ਬਕਾਇਦਾ ਧਰਨੇ ਨਜ਼ਾਰੇ ਟਰੈਕਟਰ ਮਾਰਚ ਹੁੰਦੇ ਰਹੇ। ਅਸੀਂ ਤਾਂ ਕਰਦੇ ਸੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਔਰ ਉਹਦੇ 'ਚ ਬੜੀ ਪੰਜਾਬ ਹਰਿਆਣੇ ਦੇ ਲੋਕਾਂ ਦੀ ਬੜੀ ਵੱਡੀ ਏਕਤਾ ਸਾਹਮਣੇ ਆਈ, ਪਿਆਰ, ਭਰਾ ਵਰਗਾ ਪਿਆਰ ਸਾਹਮਣੇ। ਉਹ ਕਹਿੰਦਾ SRI ਦਾ ਮੁੱਦਾ ਜਿਹੜਾ ਸਰਕਾਰ ਨੇ ਚੁੱਕਣ ਦੀ ਕੋਸ਼ਿਸ਼ ਕੀਤੀ, ਉਹ ਖੱਟਰ ਦਾ, ਉਹ ਕਹਿੰਦਾ ਸਾਰੇ ਸੁਸਰਾ ਪਾਣੀ ਦਾ ਕਿਆ ਮਸਲਾ ਹੈ, ਜ਼ਮੀਨ ਨਹੀਂ ਰਹੇਗੀ ਪਾਣੀ ਕਿਆ ਕਰੇਗੀ, ਹਮ ਤਾਂ ਜ਼ਮੀਨ ਕੇ ਲਈ ਲੜ ਰਹੇ ਹਾਂ ਨਾ। ਇਸ ਕਰਕੇ ਭਰਾਤਰੀ ਭਾਵ ਬੜਾ ਵੱਡੀ ਤਰ੍ਹਾਂ ਦੇਖਣ 'ਚ ਆਇਆ। ਹੁਣ ਫਿਰ ਆ ਜਿਹੜਾ ਤੁਸੀਂ ਸੁਣਿਆ ਹੋਣਾ, ਆ BBMBB 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਜਿਹੜਾ ਨਾ ਪੰਜਾਬ ਹਰਿਆਣੇ ਦੇ ਲਏ ਆ ਨਾ,
ਦੋ ਜਿਹੜੇ ਸਟਾਫ ਆਫਸਰ ਜਿਹੜੇ ਉਹਨਾਂ ਦੇ ਡਾਇਰੈਕਟਰ ਸੀਗੇ ਉਹ ਸਿਰਫ ਇਹ ਲੋਕਾਂ ਨੂੰ ਭੰਬਲ ਭੂਸਿਆਂ ਚ ਪਾਉਣ ਦੀ ਗੱਲ ਆ, ਇਹ ਫਿਰ ਫਿਰਕੂ ਏਜੰਡਾ ਲਿਆਉਣ ਦੀ ਗੱਲ। ਇਹਦੇ ਚ ਯੂਟੀ ਦੇ ਵਿੱਚ ਸੈਂਟਰ ਦੇ ਕਾਨੂੰਨ ਲਾਗੂ ਕਰਨੇ, ਹਾਲਾਂਕਿ ਰਾਜਧਾਨੀ ਚਲੋ ਪੰਜਾਬ ਦੀ ਹੈ, ਚਲੋ ਹਰਿਆਣੇ ਦੀ ਵੀ ਚੱਲਦੀ ਹੈ, ਯੂਟੀ ਦੇ ਕਾਨੂੰਨਾਂ ਦਾ ਕੀ ਮਤਲਬ ਹੈ? ਪਰ ਲੋਕਾਂ ਨੂੰ ਪਾੜਨ ਲਈ ਵੰਡਣ ਲਈ, ਅੱਗੇ ਨਹੀਂ ਵੰਡੇ ਕਿ ਹੁਣ ਵੰਡ ਕੇ ਫਿਰ ਇਹ ਹੈ ਜੀ। ਬਿਲਕੁਲ ਨਹੀਂ, ਤੁਹਾਡੀ ਗੱਲ ਬਿਲਕੁਲ ਬਜਾ ਹੈ ਕਿ ਜਿਹੜਾ ਏਕਤਾ ਬਹੁਤ ਜ਼ਰੂਰੀ ਹੈ ਕਿਸਾਨਾਂ ਦਾ ਅਤੇ ਮਜ਼ਦੂਰਾਂ ਦਾ ਵੀ। ਲੇਕਿਨ ਇਹ ਦੇਖਿਆ ਜਾਂਦਾ ਹੈ ਰਸ਼ਪਾਲ ਸਿੰਘ ਜੀ ਕਿ ਨਾ ਜਿਹੜੇ ਟ੍ਰੇਡ ਯੂਨੀਅਨ ਨੇ ਅਤੇ ਕਿਸਾਨ ਨੇ, ਇਹਨਾਂ ਦਾ ਏਕਤਾ ਜਿਹੜਾ ਹੈ ਨਾ ਉਹ ਸਹੀ ਤਰੀਕੇ ਨਾਲ ਅੰਦੋਲਨਾਂ ਦੇ ਵਿੱਚ ਨਹੀਂ ਹੁੰਦਾ। ਉਹ ਹਰ ਕੋਈ ਆਪਣਾ ਅਲੱਗ ਅਲੱਗ ਅੰਦੋਲਨ ਜਿਹੜਾ ਹੈ, ਅਲੱਗ ਅਲੱਗ ਜਿਹੜੀ ਸਟਰਗਲ ਨੇ ਉਹ ਚਲਾ ਰਹੇ ਨੇ। ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਅੱਗੇ ਇਹਦਾ ਫਿਊਚਰ ਕੀ ਹੈ, ਕਿ ਅਲੱਗ ਅਲੱਗ ਜਿਹੜਾ ਹੈ ਉਹ ਜ਼ਿਆਦਾ ਕਾਰਾਮੰਦ ਹੋਏਗਾ ਜਾਂ ਇਕੱਠੇ ਮਿਲ ਕੇ ਹੋਣਾ ਜ਼ਿਆਦਾ ਕਾਰਾਮੰਦ ਹੋਏਗਾ, ਅਤੇ ਕੀ ਐਕਸ਼ਨ ਕੀਤੇ ਜਾ ਰਹੇ ਨੇ ਇਹਨਾਂ ਨੂੰ ਇਕੱਠੇ ਜੋੜਨ ਨਾਲ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ? ਦੇਖੋ ਮੈਂ ਸਮਝਦਾ ਵੀ ਜਿਹੜੀ ਏਕਤਾ ਹੋਣੀ ਹੈ ਉਹ ਸਟਰਗਲ 'ਚ ਹੋਣੀ ਹੈ, ਕਿਸਾਨਾਂ ਮਜ਼ਦੂਰਾਂ ਦੀ ਏਕਤਾ, ਟ੍ਰੇਡ ਯੂਨੀਅਨ ਦੀ ਏਕਤਾ ਇੱਕ ਸਟਰਗਲ 'ਚ ਹੋਣੀ ਹੈ, ਇਹ ਬੈਠਿਆਂ ਬਿਠਾਇਆ ਨਹੀਂ ਹੋ ਸਕਦਾ। ਜਿਉਂ ਜਿਉਂ ਲੋਕ ਆਪਣੇ ਘੋੜਾਂ ਦਾ ਲੜਨਗੇ, ਘੋੜਾਂ ਦੇ ਤਜਰਬੇ ਆਉਣਗੇ, ਉਸ ਤਜਰਬੇ 'ਚ ਹੋਣਗੇ, ਅਸੀਂ ਇਹ ਘੋੜ 'ਚ ਵੀ ਵੇਖਿਆ, ਠੀਕ ਹੈ ਨਾ, ਉਹ ਹੌਲੀ ਹੌਲੀ ਘੋੜਾਂ 'ਚੋਂ ਲੱਭਣੇ ਆ। ਆ ਮੈਂ ਵੇਖਿਆ ਘੋਲ ਦੇ ਵਿੱਚ, ਮੈਂ ਸ਼ਾਮਿਲ ਸੀ ਇਹਦੇ ਵਿੱਚ ਬੈਠਾ ਉੱਥੇ ਬਕਾਇਦਾ। ਲੋਕ ਆਪਣੇ ਤੌਰ 'ਤੇ ਦ੍ਰਿੜਤਾ ਨਾਲ ਨਵੀਆਂ ਨਵੀਆਂ ਗੱਲਾਂ ਉੱਭਰਦੀਆਂ ਸੀ, ਨਵੇਂ ਨਵੇਂ ਸੁਝਾਅ ਆਉਂਦੇ ਸੀ ਸਾਨੂੰ ਸਟੇਜ 'ਤੇ, ਅਤੇ ਆਹ ਕਰੀਏ ਆਹ ਕਰੀਏ ਆਹ ਕਰੀਏ, ਔਰ ਲੋਕਾਂ ਦੀ ਬੜੀ ਵੱਡੀ, ਆਮ ਲੋਕਾਂ ਦੀ ਬੜੀ ਵੱਡੀ ਪ੍ਰਾਪਤੀ। ਉਹਨਾਂ ਨੇ ਲੀਡਰਸ਼ਿਪ ਨੂੰ ਇੱਧਰ ਉੱਧਰ ਨਹੀਂ ਹੋਣ ਦਿੱਤਾ, ਨਾ ਖੱਬੇ ਹੋਣ ਦਿੱਤਾ, ਨਾ ਸੱਜੇ ਨੂੰ, ਸੈਂਟਰ 'ਚ ਚਲਾਇਆ ਉਹਨਾਂ। ਜੇ ਕਿਤੇ ਉਹਨਾਂ ਲੋਕਾਂ ਨੂੰ ਲੱਗਿਆ ਵੀ ਇਹ ਕੋਈ ਗਲਤ ਹੋਣਾ, ਉੱਥੇ ਲੋਕ ਆ ਗਏ। ਜੇ ਕਿਤੇ ਲੱਗਿਆ ਵੀ ਲੀਡਰਸ਼ਿਪ ਕੋਈ ਸਮਝੌਤਾ ਕਰ ਸਕਦੀ ਹੈ, ਉਹ ਉੱਥੇ ਖਲੋ ਗਏ ਵੀ ਅਸੀਂ ਕਾਨੂੰਨ, ਸਾਰੇ ਤਿੰਨਾਂ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਅਸੀਂ ਵਾਪਸ ਨਹੀਂ। ਹੋਇਆ ਇਸ ਕੋਲ, ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤਜਰਬੇ ਤੋਂ ਲੋਕ ਸਿੱਖਦੇ ਹੋਏ ਉਹ ਅੱਗੇ ਵਧਣਗੇ, ਕਿਉਂਕਿ ਜੇ ਨਹੀਂ ਵਧਣਗੇ ਤੇ ਆ ਜਿਹੜਾ ਨਿਊ ਲਿਬਰਲਿਜ਼ਮ ਹੈ ਲੋਕਾਂ ਨੂੰ ਖਾ ਜਾਏਗਾ ਚਟਮ ਕਰਕੇ। ਅੱਛਾ ਇਹ ਦੱਸੋਗੇ ਜਿਹੜਾ ਮੋਦੀ ਸਰਕਾਰ ਹੈ ਉਹ ਉਹਦੇ ਤੋਂ ਮਲਟੀਨੈਸ਼ਨਲ ਕੰਪਨੀਆਂ ਤੋਂ ਤੇ ਇਸ ਪੂਰੇ ਸਰਮਾਇਆਦਾਰ ਨਿਜ਼ਾਮ ਜਿਹੜਾ ਹੈ ਇਹ ਤੋਂ ਜਾਨ ਕਿਸ ਤਰ੍ਹਾਂ ਛੁੜਾਈ ਜਾ ਸਕਦੀ ਹੈ? ਇਕੱਠੇ ਹੋ ਗਏ ਲੜ ਕੇ, ਹੋਰ ਕੋਈ ਆਲਟਰਨੇਟਿਵ ਵੀ ਨਹੀਂ। ਚੋਣ, ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਚੋਣਾਂ ਜਿਹੜੀਆਂ, ਇਲੈਕਸ਼ਨ ਜਿਹੜੇ ਆ, ਇਹ ਨਿਊ ਲਿਬਰਲਿਜ਼ਮ ਦਾ ਕੋਈ ਹੱਲ ਨਹੀਂ। ਦੁਨੀਆਂ ਦੀ ਉਦਾਹਰਣਾਂ ਵੇਖ ਲਓ, ਗਾਡ ਬਲੈਸ ਉਹ ਬ੍ਰਾਜ਼ੀਲ ਦਾ ਸੀ, ਉਹ ਨਵੀਆਂ ਉਹ ਜਿਹੜੀਆਂ ਨਾਵਦਾਰ ਦੇ ਵਿਰੁੱਧ ਲੜਿਆ, ਹੈ ਨਾ, ਵੀ ਪ੍ਰੋਫੈਸਰ ਸੀ ਉਹ, ਲੜਿਆ ਵੀ ਮੈਂ। ਪਰ ਜਦੋਂ ਉਹ ਰਾਸ਼ਟਰਪਤੀ ਬਣ ਗਿਆ ਉਹਨੇ ਉਹ ਹੀ ਨੀਤੀਆਂ ਲਾਗੂ ਕੀਤੀਆਂ। ਬ੍ਰਾਜ਼ੀਲ ਦੇ ਲੋਕ ਲੇਲੇ ਦੀ ਅਗਵਾਈ ਦੇ ਵਿੱਚ, ਲੂਲੇ ਦੀ ਅਗਵਾਈ ਦੇ ਵਿੱਚ ਫਿਰ ਉਹਦੇ ਖਿਲਾਫ ਲੜੇ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਪਰ ਉਹ ਜਿਹੜਾ ਬੋਲਸੋਨਾਰੋ ਸੀ ਉਹਨਾਂ ਨੂੰ ਹਰਾ ਗਿਆ, ਉਹਨੇ ਫੜ ਕੇ ਲੂਲੇ ਨੂੰ ਜੇਲ੍ਹ ਚ ਦੇ ਦਿੱਤਾ, ਅੱਜ ਵੀ ਲੋਕ ਉਹ ਲੜ ਰਹੇ। ਇਸ ਕਰਕੇ ਦੁਨੀਆਂ ਦੇ ਅਲਾਂਡੇ ਦੀ ਸਰਕਾਰ ਨੇ ਤੁਹਾਨੂੰ ਪਤਾ ਪਾਰਲੀਮੈਂਟ ਦੇ ਵਿੱਚ ਸਾਰੇ ਮਾਰਤੇ ਸੀ। ਹਾਂ, ਇਸ ਕਰਕੇ ਚੋਣਾਂ ਕੋਈ ਇਹਦਾ ਹੱਲ ਨਹੀਂ ਹੈ। ਲੋਕਾਂ ਨੂੰ ਆਪਣੀ ਸਟਰਗਲ, ਆਪਣੇ ਸਟਰਗਲ ਦੇ ਖਿੱਤੇ, ਆਪਣੀ ਸਟਰਗਲ ਮਜ਼ਬੂਤ ਕਰਨੀ ਪਏਗੀ, ਲੋਕਾਂ ਦਾ ਏਕਾ ਮਜ਼ਬੂਤ ਕਰਨਾ ਪਏਗਾ, ਔਰ ਇਹ ਹੋ ਸਕਦਾ। ਤੁਸੀਂ ਸਮਝਦੇ ਹੋ ਕਿ ਜਿਹੜੇ ਇੰਡੀਆ ਦੇ ਕਿਸਾਨ ਨੇ ਉਹ ਸੋਸ਼ਲਿਸਟ ਇਨਕਲਾਬ ਜਾਂ ਸੋਸ਼ਲਿਸਟ ਜਿਹੜਾ ਨਿਜ਼ਾਮ ਹੈ ਉਹਨੂੰ ਸਪੋਰਟ ਕਰਦੇ ਨੇ? ਇੰਡੀਆ ਦੇ ਵਿੱਚ ਕਿਸਾਨਾਂ ਦੀਆਂ ਬਹੁਤ ਵੱਡੀਆਂ ਸਟਰਗਲਾਂ। ਤੁਸੀਂ ਵੰਡ ਤੋਂ ਪਹਿਲੂ ਤੇਲੰਗਾਨਾ ਦੀ ਮੂਵਮੈਂਟ ਚੱਲੀ, ਜਿਹਦੇ 'ਚ ਲੋਕਾਂ ਨੇ, ਕਿਸਾਨਾਂ ਨੇ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਕੇ ਵੰਡੀਆਂ। ਕ੍ਰਿਸ਼ਨ ਕੁਮਾਰ ਦਾ ਨਾਵਲ ਜਬ ਖੇਤ ਜਾਗੇ, ਸ਼ਾਇਦ ਤੁਹਾਡੀ ਵੀ ਕਿਤੇ ਨਜ਼ਰ 'ਚ ਲੰਘਿਆ ਹੋਵੇ, ਬੜਾ ਪਿਆਰਾ ਨਾਵਲ ਹੈ। ਉਹਨੇ ਸਾਰੀ ਸਟਰਗਲ ਦਾ, ਜੂੰਦੀ ਜਾਤ ਦੀ ਸਟਰਗਲ ਦਾ ਵਰਣਨ ਕੀਤਾ। ਪੰਜਾਬ ਦੇ ਵਿੱਚ ਪੈਪਸੂ ਦੀ ਮਜਾਰਾ ਲਹਿਰ ਜਿਹੜੀ ਹੈ, ਉਹਨੇ 18 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਜਗੀਰਦਾਰਾਂ ਦੀ ਖੋਹ ਕੇ ਉਹ ਵੰਡੀ ਕਿਸਾਨਾਂ ਦੇ ਵਿੱਚ। ਧਪਾਗਾ ਮੂਵਮੈਂਟ ਹੈ, ਹੋਰ ਅਨੇਕਾਂ ਕਿਸਾਨਾਂ ਦੀਆਂ ਮੂਵਮੈਂਟਾਂ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਵੰਡੀਆਂ ਲੜ ਕੇ। ਅੱਜ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜ਼ਮੀਨ ਦਾ ਮਸਲਾ ਹੱਲ ਨਹੀਂ ਹੋਇਆ।
ਅੱਜ ਵੀ ਜ਼ਮੀਨ ਦਾ ਮਸਲਾ ਹੱਲ ਹੋਣ ਵਾਲਾ ਤੇ ਇੱਕ ਜ਼ਮੀਨ ਹੀ ਇਹ ਅਜਿਹਾ ਸਾਧਨ ਆ ਜਿਹੜਾ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਸੀ ਦੇ ਸਕਦਾ ਸੀ ਘੋਲ ਦੇ ਵਿੱਚ ਨਾਰਾ ਦਿੱਤਾ ਸੀ ਸਾਡੀ ਜਥੇਬੰਦੀਆਂ ਨੋ ਲੈਂਡ ਨੋ ਲਾਈਫ ਜੇ ਜ਼ਮੀਨ ਨਹੀਂ ਤਾਂ ਜੀਵਨ ਨਹੀਂ ਅਸੀਂ ਉੱਥੇ ਕੰਮ ਕਰ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਉਹਦੀਆਂ ਕਿਹੜੀਆਂ ਸ਼ਕਲਾਂ ਬਣਦੀਆਂ ਉਹ ਇੱਕ ਵੱਖਰੀ ਗੱਲ ਪਰ ਅਸੀਂ ਉਸ ਨਿਜ਼ਾਮ ਦੀ ਪੂਰੀ ਸਪੋਰਟ ਕਰਦੇ ਹਾਂ ਉਹ ਬਿਨਾਂ ਕੋਈ ਆਲਟਰਨੇਟਿਵ ਵੱਜਦਾ ਹੀ ਨਹੀਂ ਹੈ ਕੋਈ ਹੋਰ ਅੱਜ ਤੱਕ ਹੋਰ ਕੋਈ ਮਤਲਬ ਆਲਟਰਨੇਟਿਵ ਸਾਹਮਣੇ ਨਹੀਂ ਚੋਣਾਂ ਰਾਹੀਂ ਤੇ ਚੋਣਾਂ ਆ ਗਈਆਂ ਪੰਜਾਂ ਸਾਲਾਂ ਬਾਅਦ ਚੋਣਾਂ ਲੜਨ ਵਾਲੇ ਲੁੱਟ ਲੱਟ ਕੇ ਲੋਕਾਂ ਨੂੰ ਘਰ ਚਲੇ ਜਾਂਦੇ ਲੋਕ ਵਿਚਾਰੇ ਫਿੱਟ ਅੱਗੇ ਮਹਿਸੂਸ ਕਰਦੇ ਪੰਜਾਬ ਦੇ ਲੋਕਾਂ ਨਾਲ ਹਿੰਦੁਸਤਾਨ ਦੇ ਲੋਕਾਂ ਨਾਲ ਇਹ ਕੁਝ ਵਾਪਰਿਆ ਲੋਕਾਂ ਨੂੰ ਆਪਣੇ ਘੋਲਾਂ ਤੋਂ ਸਬਕ ਸਿੱਖਦੇ ਹੋਏ ਇੱਥੇ ਖਲੋਣਾ ਪਏਗਾ ਵੀ ਯਾਰ ਇਹ ਕੀ ਅਸੀਂ ਹਰ ਪੰਜਾਂ ਸਾਲਾਂ ਬਾਅਦ ਠੱਗੇ ਜਾਂਦੇ ਹਾਂ ਸਾਡੇ ਕੋਲ ਪੰਜਾਂ ਸਾਲਾਂ ਬਾਅਦ ਇੱਕ ਸਿਰਫ ਵੋਟ ਹੀ ਹੁੰਦੀ ਹੈ ਪਾਉਣ ਦੀ ਬਾਕੀ ਕੀ ਆ ਤੇ ਹਾਕਮ ਆਪਣੀਆਂ ਲੋਕਾਂ ਦਾ ਸਰਮਾਇਆ ਘਟਦਾ ਜਾਂਦਾ ਅੱਜ ਉਹ 1-3-1.99 ਦੀ ਰੇਸ਼ਾ ਹੋ ਗਈ 99 ਦੀ 1% ਲੋਕਾਂ ਕੋਲ ਤੇ 99% ਲੋਕਾਂ ਸਾਰਾ ਸਰਮਾਇਆ ਇਕੱਠਾ ਹੋ ਗਿਆ ਲੜਾਈ ਜਿਹੜੀ 1-99 ਦੀ ਹੋ ਗਈ ਹੈ ਤੇ ਜੇ 99% ਲੋਕ ਇਕੱਠੇ ਹੋ ਜਾਣਗੇ ਤੇ ਤਕਾਲਾਂ ਤੋਂ ਪਹਿਲੂ ਸ਼ਾਮ ਆਥਣ ਹੋਣ ਤੋਂ ਪਹਿਲੂ ਸ਼ਾਮ ਹੋਣ ਤੋਂ ਪਹਿਲੂ ਆ 1% ਨੂੰ ਕੁੱਟ ਕੇ ਪਜਾ ਦੇਣਗੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਜਿਹੜੇ ਵੱਡੇ ਕਾਰਪੋਰੇਟ ਠੱਗ ਆ ਵਿਚਾਰੇ ਲੋਕ ਤੇ ਮਿਹਨਤ ਕਰਨ ਵਾਲੇ ਆ ਕੋਈ ਬੈਂਕ ਲੁੱਟ ਕੇ ਭੱਜ ਗਿਆ ਕੋਈ ਕੁਛ ਕਰਕੇ ਭੱਜ ਗਿਆ ਇਸ ਕਰਕੇ ਲੋਕਾਂ ਨੂੰ ਸੁਚੇਤ ਹੋ ਕੇ ਇਹਨਾਂ ਦੇ ਖਿਲਾਫ਼ ਲੜਨਾ ਪਏਗਾ ਹੋਰ ਲੋਕਾਂ ਕੋਲ ਕੋਈ ਆਲਟਰਨੇਟ ਜੀ ਰਸ਼ਪਾਲ ਸਿੰਘ ਜੀ ਤੁਸੀਂ ਦੱਸੋ ਕਿ 1 ਮਈ ਦੇ ਹਵਾਲੇ ਨਾਲ ਕਿਉਂਕਿ ਇਹ ਮਜ਼ਦੂਰਾਂ ਦਾ ਇੱਕ ਆਲਮੀ ਦਿਨ ਹੈ ਕਿਸਾਨਾਂ ਦਾ ਆਲਮੀ ਦਿਨ ਹੈ ਮਜ਼ਦੂਰਾਂ ਕਿਸਾਨਾਂ ਦਾ ਤੇ ਉਹਦੇ ਹਵਾਲੇ ਨਾਲ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਦੁਨੀਆਂ ਦੇ ਮਜ਼ਦੂਰਾਂ ਨੂੰ ਦੁਨੀਆਂ ਦੇ ਕਿਸਾਨਾਂ ਨੂੰ ਇਸ ਦਿਨ ਦੇ ਹਵਾਲੇ ਦੇ ਨਾਲ ਮਈ ਦਿਨ ਨੇ ਦੇਖੋ ਜੀ ਲੋਕਾਂ ਦੇ ਸਾਹਮਣੇ ਇੱਕ ਮਾਡਲ ਸਿਰਜਿਆ ਵੀ ਆਪਣੇ ਸੰਘਰਸ਼ਾਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਉਹਨਾਂ ਨੇ 8 ਦਿਨ ਦੀ ਦਿਹਾੜੀ 8 ਘੰਟੇ ਦੀ ਦਿਹਾੜੀ ਜਿਹੜੀ ਮਨਜ਼ੂਰ ਕਰਾਈ ਮਜ਼ਦੂਰਾਂ ਲਈ ਜਿਹੜੇ ਚੰਗੇ ਕਾਨੂੰਨ ਬਣਾਏ ਜਿਹੜੇ ਅੱਜ ਤੱਕ ਲਾਗੂ ਰਹੇ ਉਹ ਮੋਦੀ ਸਰਕਾਰ ਨੇ ਆਣ ਕੇ ਬਦਲਿਆ ਕੁਛ ਕਾਂਗਰਸ ਸਰਕਾਰ ਨੇ ਬਦਲੇ ਹਿੰਦੁਸਤਾਨ ਤੋਂ ਬਾਹਰ ਕੀ ਹੋਇਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਅੱਜ ਵੀ ਮਈ ਦਿਨ ਦਾ ਸੁਨੇਹਾ ਮਈ ਦਿਨ ਦਾ ਮੈਸੇਜ ਜਿਹੜਾ ਉਹ ਉਸ ਤਰ੍ਹਾਂ ਦਾ ਹੀ ਮਤਲਬ ਰੈਲੇਵੈਂਟ ਆ ਉਸ ਤਰ੍ਹਾਂ ਹੀ ਲਾਗੂ ਹੁੰਦਾ ਵੀ ਜਿਹੜੇ ਲੋਕ ਲੜਨਗੇ ਲੜ ਕੇ ਕੁਛ ਪ੍ਰਾਪਤ ਕਰਨਗੇ ਨਹੀਂ ਤਾਂ ਸਰਕਾਰ ਨੇ ਤੇ ਕੋਡ ਬਣਾ ਹੀ ਦਿੱਤੇ ਮਜ਼ਦੂਰਾਂ ਲਈ ਕਿਸਾਨਾਂ ਲਈ ਉਹ ਕਾਨੂੰਨ ਲੈ ਕੇ ਆ ਗਏ ਕਿਸਾਨਾਂ ਨੇ ਕਾਨੂੰਨ ਉਹ ਵਾਪਸ ਕਰਾ ਦੇ ਮਜ਼ਦੂਰਾਂ ਨੇ ਅਜੇ ਲੜ ਕੇ ਉਹ ਕੋਡ ਵਾਪਸ ਕਰਾਉਣੇ ਆ ਠੀਕ ਨੀ ਉਹਨਾਂ ਦਾ ਹੜਤਾਲ ਦਾ ਹੱਕ ਗੁਆਚਿਆ ਉਹ ਆਪਣੀ ਜਥੇਬੰਦੀ ਨਹੀਂ ਬਣਾ ਸਕਦੇ ਇਹਦੇ ਲਈ ਲੜਨਾ ਪੈਣਾ ਤੇ ਮਈ ਦਿਨ ਦਾ ਇਹ ਜ਼ਬਰਦਸਤ ਸੁਨੇਹਾ ਤੇ ਮਜ਼ਦੂਰੋ ਉੱਠੋ ਆਪਣੇ ਹੱਕਾਂ ਲਈ ਲੜੋ ਤੁਹਾਨੂੰ ਹੋਰ ਕੋਈ ਉਹਨਾਂ ਕੋਲ ਹੋਰ ਕੋਈ ਹੈ ਹੀ ਨਹੀਂ ਦੁਨੀਆਂ ਦੇ ਵਿੱਚ ਹੋਰ ਕੋਈ ਆਲਟਰਨੇਟਿਵ ਨਹੀਂ ਬਚਦਾ ਕੋਈ ਗੱਲ ਨਹੀਂ ਬਚਦੀ ਸਿਰਫ ਇੱਕੋ ਇੱਕ ਬਚਦਾ ਵੀ ਸਟਰਗਲ 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 ਤੇ ਯੂਨਿਟੀ ਸਾਰੇ ਲੋਕ ਵਿਦਿਆਰਥੀ ਇਕੱਠੇ ਹੋਣ ਮਜ਼ਦੂਰ ਇਕੱਠੇ ਹੋਣ ਧੀਆਂ ਭੈਣਾਂ ਇਕੱਠੀਆਂ ਹੋਣ ਕਿਸਾਨ ਇਕੱਠੇ ਹੋਣ ਇੱਕ ਸਾਂਝਾ ਮੋਰਚਾ ਜਿਹੜਾ ਬਣੇ ਹੌਲੀ ਹੌਲੀ ਇਹ ਬਣ ਜਾਏਗਾ ਤੇ ਇਹ ਜਿਹੜਾ ਸਰਮਾਏਦਾਰਾਂ ਨਿਜ਼ਾਮ ਹੈ ਇਹਨੂੰ ਧਰਤੀ ਤੋਂ ਪੁੱਟ ਕੇ ਨਵਾਂ ਨਵੇਲਾ ਜਿਹੜਾ ਨਿਜ਼ਾਮ ਉਸਾਰਿਆ ਜਾਵੇ ਜਿਹੜਾ ਸਾਰਿਆਂ ਦੀ ਪੁੱਗਤ ਦਾ ਹੋਵੇ ਜਿੱਥੇ ਆਣ ਇਤਨਾ ਰੋਟੀ ਖਾ ਸਕਣ ਲੋਕ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਮੇਰੇ ਨਾਲ ਵਾਪਰ ਕੀ ਜਾਣਾ ਸ਼ਾਮ ਤੱਕ ਇਸ ਕਰਕੇ ਮਈ ਦਿਨ ਦਾ ਬੜਾ ਸਪਸ਼ਟ ਸੁਨੇਹਾ ਮੈਂ ਲੋਕਾਂ ਨੂੰ ਬੜੇ ਸਪਸ਼ਟ ਰੂਪ ਚ ਕਵਾਂਗਾ ਵੀ ਇਕੱਠੇ ਹੋ ਮਈ ਦਿਨ ਤੁਹਾਨੂੰ ਪੁਕਾਰਦਾ ਵੀ ਇਕੱਠੇ ਹੋਵੋ ਯੂਨਿਟੀ ਕਰੋ ਔਰ ਸਟਰਗਲ ਕਰੋ ਲੜੋ ਇੱਕੋ ਇੱਕ ਤੁਹਾਡੇ ਕੋਲ ਹੱਲ ਬਚਦਾ ਬਹੁਤ ਬਹੁਤ ਸ਼ੁਕਰੀਆ ਜੀ ਰਸ਼ਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਦਿਨ ਤੁਸੀਂ ਸਾਡੇ ਨਾਲ ਜੁਆਇਨ ਕੀਤਾ ਤੇ ਸਾਡੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਮੈਂ ਆਪਣੀ ਗੱਲ ਕਰਨ ਚ ਜਿਹੜਾ ਤੁਹਾਡੇ ਰਾਹੀਂ ਕਾਮਯਾਬ ਹੋਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਜ਼ਦੂਰ ਟੀਵੀ ਦਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ
मेहरबानी जी, बहुत बहुत शुक्रिया जी, शुक्रिया।